ਪੈਂਟ 70 ਸਾਲ ਦੀ ਉਮਰ ਤੱਕ ਰਹੋਗੇ ਤੰਦਰੁਸਤ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਖਾਣਾ ਖਾਣ ਤੋਂ ਬਾਅਦ ਵੱਡੀ ਇਲਾਇਚੀ ਖਾਣ ਨਾਲ ਭੋਜਨ ਜਲਦੀ ਹজম ਹੁੰਦਾ ਹੈ ਇਸ ਲਈ ਖਾਣਾ ਖਾਣ ਤੋਂ ਬਾਅਦ ਇਲਾਇਚੀ ਜਰੂਰ ਖਾਓ ਨੰਬਰ 2 ਸਵੇਰੇ ਦਹੀਂ ਖਾਣ ਨਾਲ ਸਰੀਰ ਵਿੱਚ ਤਾਜ਼ਾ ਖੂਨ ਪੈਦਾ ਹੁੰਦਾ ਹੈ ਇਸ ਲਈ ਸਵੇਰੇ ਨਾਸ਼ਤੇ ਵਿੱਚ ਦਹੀਂ ਨੂੰ ਜਰੂਰ ਸ਼ਾਮਿਲ ਕਰੋ ਨੰਬਰ 3 ਜਿਨ੍ਹਾਂ ਲੋਕਾਂ ਦਾ ਭਾਰ ਘੱਟ ਹੈ ਉਹਨਾਂ ਨੂੰ ਹਰ ਰੋਜ਼ ਉਬਲੇ ਹੋਏ ਆਲੂ ਖਾਣੇ ਚਾਹੀਦੇ ਹਨ ਭਾਰਤੀ ਜੀ ਨਾਲ ਵਧੇਗਾ ਨੰਬਰ 4 ਕਦੀ ਵੀ ਪਾਣੀ ਪੀਣ ਤੋਂ ਬਾਅਦ ਝੁਕੋ ਨਾ ਇਸ ਤਰ੍ਹਾਂ ਕਰਨ ਨਾਲ ਪਾਣੀ ਸਾਂ ਨਾੜੀ ਵਿੱਚ ਜਾ ਸਕਦਾ ਹੈ ਨੰਬਰ 5 ਕਦੀ ਵੀ ਜ਼ਿਆਦਾ ਮਾਤਰਾ ਵਿੱਚ ਦੁੱਧ ਅਤੇ ਕੇਲੇ ਦਾ ਇਕੱਠੇ ਪ੍ਰਯੋਗ ਨਹੀਂ ਕਰਨਾ ਚਾਹੀਦਾ ਇਸ ਨਾਲ ਪੇਟ ਖਰਾਬ ਹੋ ਸਕਦਾ ਹੈ ਨੰਬਰ 6 ਜਿਆਦਾ ਤੇਜ਼ ਪੱਖੇ ਅਤੇ ਏਸੀ ਥੱਲੇ ਪੈਣ ਨਾਲ ਮੋਟਾਪਾ ਵੱਧਦਾ ਹੈ ਅਤੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਨੰਬਰ 7 ਸਰਦੀਆਂ ਵਿੱਚ ਪੰਜੀਰੀ ਬਣਾਉਣ ਸਮੇ ਅਲਸੀ ਦਾ ਤੇਲ ਅਤੇ ਮਿਲਕੁੱਟ ਦਾ ਪਾਊਡਰ ਜ਼ਰੂਰ ਮਿਲਾਓ। ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ। ਅਤੇ ਪਿੱਠ ਦਰਦ ਤੋਂ ਛੁਟਕਾਰਾ ਮਿਲੇਗਾ। ਨੰਬਰ 8 ਦਵਾਈ ਖਾਣ ਤੋਂ ਬਾਅਦ ਕਦੇ ਵੀ ਅੰਗੂਰ ਨਾ ਖਾਓ। ਇਸ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ ਜਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ ਨੰਬਰ 9 ਕਦੀ ਵੀ ਜ਼ਿਆਦਾ ਸਮੇਂ ਤੱਕ ਪਿਸ਼ਾਬ ਰੋਕ ਕੇ ਨਾ ਰੱਖੋ ਅਤੇ ਕਦੇ ਵੀ ਬਾਹਰ ਗੰਦੇ ਬਾਥਰੂਮ ਦੀ ਵਰਤੋਂ ਨਾ ਕਰੋ ਇਸ ਨਾਲ ਕਈ ਰੋਗ ਲੱਗ ਸਕਦੇ ਹਨ ਨੰਬਰ 10 ਮੱਝ ਦੇ ਦੁੱਧ ਦਾ ਘਿਓ ਕਦੀ ਨਾ ਖਾਓ ਇਸ ਤੋਂ ਬਚਾਏ ਗਾਂ ਦੇ ਦੁੱਧ ਦਾ ਘਿਓ ਖਾਓ ਬਹੁਤ ਲਾਭ ਮਿਲੇਗਾ ਨੰਬਰ 11 ਅਰਜਾਨਾ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਲਈ ਹਰ ਰੋਜ਼ 5-6 ਤੁਲਸੀ ਦੇ ਪੱਤੇ ਜ਼ਰੂਰ ਖਾਓ। ਨੰਬਰ 12 ਖਾਣਾ ਬਣਾਉਣ ਸਮੇਂ ਚਿੱਟੇ ਲੂਣ ਦੀ ਵਰਤੋਂ ਕਰਨ ਤੋਂ ਪਹਰੇਸ ਕਰੋ। ਹਮੇਸ਼ਾ ਸਿੱਧਾ ਨਮਕ ਹੀ ਵਰਤੋ ਇਸ ਨਾਲ ਸਰੀਰ ਤੰਦਰੁਸਤ ਹੁੰਦਾ ਹੈ। ਨੰਬਰ 13 ਹਰ ਰੋਜ਼ ਸਵੇਰੇ ਉੱਠਣ ਤੋਂ ਬਾਅਦ ਅੱਖਾਂ ਨੂੰ ਠੰਡੇ ਪਾਣੀ ਨਾਲ ਜ਼ਰੂਰ ਧੋਵੋ। ਕਦੀ ਵੀ ਨਜ਼ਰ ਕਮਜ਼ੋਰ ਨਹੀਂ ਹੋਵੇਗੀ। ਨੰਬਰ 14 ਭੋਜਨ ਨੂੰ ਹਮੇਸ਼ਾ ਘੱਟ ਤੋਂ ਘੱਟ 30 ਤੋਂ 32 ਵਾਰ ਚੰਗੀ ਤਰ੍ਹਾਂ ਚਬਾ ਕੇ ਖਾਓ ਇਸ ਨਾਲ ਖਾਣਾ ਜਲਦੀ ਹਾਜ਼ਮ ਹੁੰਦਾ ਹੈ ਨੰਬਰ 15 ਸੌਂਦੇ ਸਮੇਂ ਕਦੇ ਵੀ ਸਿਰਾਨੇ ਦੀ ਵਰਤੋਂ ਨਾ ਕਰੋ ਇਸ ਨਾਲ ਗਰਦਨ ਨੂੰ ਕਾਫੀ ਨੁਕਸਾਨ ਹੁੰਦਾ ਹੈ ਕੋਸ਼ਿਸ਼ ਕਰੋ ਕਿ ਸਿਰਾਨੇ ਦੀ ਵਰਤੋਂ ਘੱਟ ਕੀਤੀ ਜਾਵੇ ਨੰਬਰ 16 ਨਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਖੁਜਲੀ ਤੋਂ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ ਨਮਕ ਚਮੜੀ ਦੇ ਮਰੇ ਹੋਏ ਸੱਲਾਂ ਨੂੰ ਦੂਰ ਕਰਦਾ ਹੈ ਜਿਸ ਨਾਲ ਚਮੜੀ ਵਿੱਚ ਨਖਾਰ ਆਉਂਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ